ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817। ਸੋ ਅੱਜ ਦੀ ਵੀਡੀਓ 'ਚ ਦੋ ਗੱਪੜ ਬੈਠਾ ਦਿਖਾਵਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸਿਓ ਆਪਣਾ। ਨਾਮ ਜਸਵਿੰਦਰ ਸਿੰਘ ਹੈ ਜੀ, ਪਿੰਡ ਜਿਉਂ ਦਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ। ਪਿੰਡ ਪੈ ਗਿਆ ਜਿਉਂ ਦਾ, ਹੈ ਨਾ। ਮੋਬਾਈਲ ਨੰਬਰ ਆਪਣਾ ਜੀ 9872 3148। ਜੀ ਪਹਿਲੇ ਨੰਬਰ ਆਪਾਂ ਗੱਬਣ ਬੈਠ ਦੇਖਦੇ ਹਾਂ ਜੀ, ਕਿਹੜਾ ਸੂਆ ਸੁਣਦੀ ਹੈ? ਦੂਜਾ ਸੁਣਦੀ ਹੈ। ਕਿਆ ਕਿ ਦਿਨ ਲੈਂਦੀ ਹੈ ਜੀ? ਇਹ ਤਿੰਨ ਚਾਰ ਦਿਨ ਲੈਂਦੇ ਆ। ਤਿੰਨ ਚਾਰ ਕੁ ਦਿਨ ਸੂਣ 'ਚ ਬਾਕੀ ਆ। ਪਲੂਣ ਦਾ ਦੁੱਧ ਕਿੰਨਾ ਕੁ ਪਾਇਆ ਦੱਸਿਆ ਦਾ? ਪਲੂਣ ਦਾ ਬਾਈ 2 ਕਿਲੋ ਦੱਸਿਆ ਮਾਲਕ ਨੇ। 2 ਕਿਲੋ। ਤਿੰਨ ਚਾਰ ਦਿਨ ਬਾਕੀ ਆ, ਆਪਾਂ ਅੰਦਾਜ਼ਾ ਲਾ ਕੇ ਚੱਲੇ ਵੀ 20 ਤੋਂ 12 ਵਾਲੀ ਹੈਗੀ ਆ। ਹੈਗੀ ਆ ਬਈ, ਹਾਂ। ਅਤੇ ਬਾਕੀ ਥਣ ਬਹੁਤ ਸੋਹਣਾ ਲੱਗਿਆ, ਹੈ ਨਾ। ਸੋ ਥਣ ਮੁੱਠੀ ਵਾਲਾ, ਚੀਪਾ ਚੁਪਾ ਓਕੇ ਆ? ਜਮਾਂ ਜਮਾਂ ਓਕੇ ਆ ਬਈ। ਅਤੇ ਠੰਡੀ ਸੀਲਾ ਪੂਰੀ? ਪੂਰੀ ਠੰਡੀ ਆ। ਠੀਕ ਹੈ। ਅਤੇ ਮੁੱਲ ਵਾੜੀ ਦਾ ਕੀ ਰਹੂਗਾ? ਇਹਦਾ ਮੁੱਲ 3000 ਰੁਪਈਆ ਬਈ। ਗੁਜਾਇਸ਼ ਹੋ ਜੂਗੀ? ਮਾੜੀ ਮੋਟੀ ਹੋ ਜੂਗਾ, ਆਪਾਂ ਬਾਹਲਾ ਨਹੀਂ ਕਰਾਂਗੇ। 75-76 ਕਰ ਦਿੰਦੇ ਅਸੀਂ, ਕਰ ਦਿੰਦੇ ਉਹਦਾ ਕੋਈ ਫਾਇਦਾ ਨਹੀਂ। ਠੀਕ ਹੈ, 72 ਜੋ ਨਰਮ ਹੋ ਜੂਗੀ। ਹਾਂ, ਦੁੱਧ 20 ਮੰਨ ਕੇ ਲੈ ਲੈ ਗਰਮੀ ਦੇ ਹਿਸਾਬ ਨਾਲ ਬੰਦਾ। 20 ਤਾਂ ਪੂਰਾ ਖੁੱਲਾ ਮੰਨ ਕੇ ਲੈ ਕੇ ਜਾਓ ਜੀ। ਸਭ ਨੂੰ ਮੂੰਹ ਮੱਥਾ ਵਗੈਰਾ ਦੇਖੋ, ਚੰਗੀ ਜਿੰਦ ਜਾਣ, ਬਰੀਡ ਵਾਲੀ ਬੈੜ ਆ। ਅਤੇ ਦੂਜਾ ਸੂਆ ਸੁਣਦੀ ਪਈ ਆ, 5-4 ਕੁ ਦਿਨ ਬਾਕੀ ਆ। ਅਤੇ ਦੁੱਧ 20 ਮੰਨ ਕੇ ਲੈ ਲਿਓ, ਪਾ ਵੱਧ ਵੀ ਸਕਦੀ ਆ। ਅਤੇ ਬਾਕੀ ਥਣ ਚੋਣ ਦਾ ਸਵਾਦ ਆ ਜੀ, ਮੋਟਾ ਮੁੱਠੀ ਵਾਲਾ ਥਣ, ਹੈ ਨਾ। ਸੋ ਥਣ ਦੇਖੋ, ਥਣਾਂ ਦੀ ਪੂਰੀ ਖਬਰਦਾਰ ਆ ਜਮਾਂ, ਪੂਰਾ ਸੋਹਣਾ ਮੋਟਾ ਥਣ ਲੱਗਿਆ ਵਾ। ਅਤੇ ਕੀਮਤ ਇਹਦੀ 72,000, ਇਹਦੇ ਵਿੱਚੋਂ ਗੁਜਾਇਸ਼ ਤੁਹਾਡਾ ਮਾਨ ਤਾਂ ਜ਼ਰੂਰ ਹੋਊਗਾ। ਅਤੇ ਥਣ ਇਹੋ ਜਿਹਾ ਮੰਨ ਕੇ ਚੱਲੋ, ਆਪਾਂ ਡੇਲੀ ਵੀਡੀਓ ਕਰਦੇ ਹਾਂ, ਕਿਤੇ ਹਫ਼ਤੇ 'ਚ 1-2 ਵਾਰ ਇਹੋ ਜਿਹਾ ਥਣ ਆਪਾਂ ਨੂੰ ਵੀਡੀਓ 'ਚ ਦੇਖਣ ਨੂੰ ਮਿਲਦਾ ਹੈਗਾ। ਮੋਟਾ ਥਣ, ਜਿਹੜਾ ਟਾਈਪ ਦਾ ਥਣ ਲੱਗਿਆ ਵਾ, ਸਿਰਫ 3 ਤੋਂ 4 ਮਿੰਟ ਦੀ, ਜਿਹੜਾ ਥਣ ਲੱਗਿਆ ਵਾ 3 ਤੋਂ 4 ਮਿੰਟ 'ਚ ਚਵਾਈ ਹੋਣ ਵਾਲਾ ਥਣ ਲੱਗਿਆ ਵਾ ਨਾ। ਅਤੇ ਅੱਗੇ 2 ਨੰਬਰ ਜਿਹੜੀ ਦੇਖਦੇ ਹਾਂ, ਕੱਚੀ ਇਹ ਪਲੂਣ ਸੁਣਦੀ ਆ ਬਾਈ, ਮੂੰਹ ਦੋਂਦੀ ਆ, ਇਹ ਲੱਗਦੀ 8-9 ਦਿਨ ਦੀ ਕੱਚੀ। ਹਾਂ, ਇਹ ਹਫ਼ਤਾ ਮੰਨ ਕੇ ਲੈ ਕੇ ਜਾਵੇ। ਠੀਕ ਹੈ, 10 ਤੋਂ ਪਹਿਲਾਂ ਪਹਿਲਾਂ ਸੂਪੂਗੀ। ਠੀਕ ਹੈ। ਅਤੇ ਕਿੰਨਾ ਕੁ ਦੁੱਧ ਪਾ ਦੂ 3 ਰੁਪਏ ਹਿਸਾਬ ਨਾਲ? 17-18 ਕਿਲੋ ਬਹੁਤ ਖੁੱਲ੍ਹਾ। ਅਤੇ ਠੰਡੀ ਸੀਲ ਵਾਧੂ ਆ? ਹਾਂ, ਠੰਡੀ ਸੀਲ ਪੂਰੀ। ਕੀਮਤ ਇਹਦੀ ਕੀ ਆ? ਇਹਦਾ 62,000 ਰੁਪਈਆ। ਅਤੇ ਮੰਨ ਕੇ ਚੱਲੇ ਵੀ 16 ਕਿਲੋ ਦੁੱਧ ਪਾਉਣ ਵਾਲੀ ਬੈਡ ਹੈਗੀ ਆ? ਹੈਗੀ ਆ, ਖੁੱਲ੍ਹਾ ਬਾਈ 16 ਕਿਲੋ। ਕੀਮਤ ਇਹਦੀ 62,000 ਰੁਪਈਆ। ਹਾਂ, 62 ਚੋਂ ਗੁਜਾਇਸ਼ ਉਹ ਕਰਾਂ ਦੀ, ਮਾੜਾ ਮੋਟਾ ਹੋ ਜੂਗਾ। ਸੋ ਵੀਰ, 62,000 ਦੇ ਵਿੱਚੋਂ ਨਰਮ ਵੱਛੀ ਹੋ ਜਾਣੀ ਆ। ਸੋ ਰਾਜੀ ਵਗੈਰਾ ਜਿੰਦ ਜਾਣ ਬਹੁਤ ਜ਼ਿਆਦਾ ਆ। ਅਤੇ ਪਲਾਈਆਂ ਪਲੂਈਆਂ ਦੇਖੋ ਵੱਛੀ ਦੀਆਂ, ਹਜੇ ਤਾਂ ਕੁਛ ਹਫ਼ਤੇ ਤੋਂ 10 ਦਿਨ ਵਿੱਚ ਸੂਣ 'ਚ ਬਾਕੀ ਪਏ ਆ। ਪਲੂਣ ਪਹਿਲਾ ਸੂਆ, ਕੰਪੈਕਟ ਅਡਰਾ ਬਿਲਕੁਲ। ਅਤੇ ਥਣ ਇਹਨੇ ਵੀ ਗੁੱਲੇ ਵਾਲਾ ਕੱਢਣਾ ਜਮਾਂ, ਹੈ ਨਾ। ਸੋ ਥਣ ਦੇਖੋ, ਨਹੀਂ ਦਿਖਾਈ ਦੇਈ ਜਾਂਦਾ ਥਣ, ਥਣ ਸੋਹਣਾ ਕੱਢੂਗੀ ਵੱਛੀ। ਬਾਕੀ ਕੱਦ ਕਾੜ ਬਹੁਤ ਜ਼ਿਆਦਾ ਆ, ਅਤੇ ਜਿੰਦ ਜਾਣ ਸਮੀ ਬਲੀ ਬਹੁਤ ਆ। ਸੋ ਆਪਾਂ 2 ਬੈੜਾ ਦਿਖਾਤੀਆਂ ਗੱਬਣਾ, ਇੱਕ ਦੂਸਰਾ ਸੂਆ ਸੁਣਦੀ ਪਈ ਆ, ਅਤੇ ਇੱਕ ਪਲੂਣ ਪਿੰਡ ਜਿਉਂ ਦੇ, ਜ਼ਿਲ੍ਹਾ ਬਠਿੰਡਾ ਪਏਗਾ, 9872321। ਸੋ ਕਿਸੇ ਵੀਰ ਦੇ ਕੋਈ ਵੀ ਨਾ ਪਸੰਦ ਹੋਵੇ, ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ